ਫਿਰੋਜ਼ਪੁਰ ਸ਼ਹਿਰ ਦੇ ਕੁੱਲ 33 ਵਾਰਡਾਂ ਦੇ ਵਿੱਚ ਕਾਂਗਰਸ ਨੇ ਕਿਸੇ ਹੋਰ ਉਮੀਦਵਾਰ ਦਾ ਖਾਤਾ ਵੀ ਖੁੱਲ੍ਹਣ ਨਹੀਂ ਦਿੱਤਾ। ਹਾਲਾਂਕਿ ਅਕਾਲੀ ਦਲ ਨੂੰ ਇੱਥੋਂ 4 ਤੋਂ 6 ਸੀਟਾਂ ਜਿੱਤਣ ਦੀ ਉਮੀਦ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਸਾਰੇ ਉਮੀਦਵਾਰ ਆਪਣੇ ਸਮਰਥਕਾਂ ਦੇ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਕੋਠੀ ਪੁੱਜੇ ਅਤੇ ਉਹਨਾਂ ਨੂੰ ਵਧਾਈ ਦਿੱਤੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਕਾਫੀ ਮਾਯੂਸ ਨਜ਼ਰ ਆਏ। ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ਹਿਰ ਨਗਰ ਕੌਂਸਲ ਚੋਣਾਂ ਵਿੱਚ ਵੱਡੇ ਪੱਧਰ ਤੇ ਕਪੜੇਬਾਜ਼ੀ ਅਤੇ ਗੁੰਡਾਗਰਦੀ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਮੁਦਕੀ ਨੂੰ ਚੱਟ ਗੁਰੂ ਹਰ ਸਹਾਈ ਮਮਦੋਟ ਜੀਰਾ ਅਤੇ ਤਲਵੰਡੀ ਤੋਂ ਲਗਭਗ ਬਹੁਸੰਮਤੀ ਨਾਲ ਕਾਂਗਰਸ ਪਾਰਟੀ ਹੀ ਜਿੱਤੀ ਹੈ। ਨਗਰ ਕੌਂਸਲ ਮੁਦਕੀ ਤੋਂ ਅਕਾਲੀ ਦਲ ਬਾਦਲ ਨੂੰ ਨੌਂ ਅਤੇ ਕਾਂਗਰਸ ਸਿਰਫ 4 ਸੀਟਾਂ ਜਿੱਤ ਸਕੀ ਹੈ। ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਅਜਮਾਇਸ਼ ਕੀਤੀ ਗਈ ਸੀ। ਉਹਨਾਂ ਨੇ ਵੀ ਇਹਨਾਂ ਚੋਣਾਂ ਵਿੱਚ ਆਪਣਾ ਖਾਤਾ ਖੋਲ੍ਹਿਆ। ਉਮੀਦਵਾਰ ਦੀ ਜਿੱਤ ਦਾ ਜਿਉਂ ਹੀ ਉਹਨਾਂ ਦੇ ਹਮਾਇਤੀ ਨੂੰ ਪਤਾ ਲੱਗਿਆ ਉਹ ਟੋਲ ਨਗਾਰਾਂ ਦੇ ਨਾਲ ਹਾਰ ਪਾ ਕੇ ਨੱਚ ਟੱਪ ਕੇ ਉਹਨਾਂ ਦਾ ਸਵਾਗਤ ਕਰ ਰਹੇ ਸਨ। ਬੀਤੇ ਦਿਨੀ ਸਵੇਰ 9 ਵਜੇ ਤੋਂ ਲੈ ਕੇ ਦੁਪਹਿਰ ਤੱਕ ਸਮੂਹ ਇਲਾਕਾ ਵਾਸੀਆਂ ਦੀਆਂ ਨਜ਼ਰਾਂ ਇਹਨਾਂ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਸਨ। ਕੁਝ ਸਿਆਸੀ ਮਾਹਿਰ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨ ਰਹੇ ਸਨ, ਪਰੰਤੂ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੇ ਚੋਣਾਂ ਸੱਤਾਧਾਰੀ ਪਾਰਟੀ ਦੇ ਦਬਦਬਾ ਕਾਰਨ ਉਹੀ ਜਿੱਤਦੇ ਨੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸੀ ਨਗਰ ਕੌਂਸਲ ਚੋਣਾਂ ਵਿੱਚ ਹੋਈ ਜਿੱਤ ਕਿੰਨੀ ਕੁ ਸੈਮੀ ਫਾਈਨਲ ਨੂੰ ਵਿਧਾਨ ਸਭਾ ਚੋਣਾਂ ਦੀ ਜਿੱਤ ਵਿੱਚ ਤਬਦੀਲ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਟੋਟਲ ਵੋਟ ਹਮੇ ਬੋਲ ਜੀ 847 ਔਰ ਉਸਮੇ ਸੇ ਦੂਸਰੀ ਪਾਰਟੀ ਕੋ ਅਕਾਲੀ ਬੀਜੇਪੀ ਕੋ ਬੀਜੇਪੀ ਔਰ ਅਕਾਲੀ ਆਮ ਆਦਮੀ ਕੋ ਪੜੀ ਹੈ ਸਿਰਫ ਅਰਾਊਂਡ 95 ਤੋਂ ਹਮ 750 ਵੋਟ ਜਿੱਤੇ। ਕਿਆ ਵੋਟਰੋਂ ਕਾ ਧੰਨਵਾਦ ਕਰਨਾ ਚਾਹੁੰਦਾ? ਬਿਲਕੁਲ ਮੈਂ ਬਹੁਤ ਸ਼ੁਕਰ ਮੈਂ ਹਾਥ ਜੋੜ ਕੇ ਬਹੁਤ ਸ਼ੁਕਰਗੁਜ਼ਾਰ ਵੋਟ ਨੰਬਰ 20 ਲੋਕੋ ਕਾ ਜਿਨ੍ਹਾਂ ਨੇ ਮੁਝ ਪੇ ਯਕੀਨ ਦਿਖਾਇਆ, ਨਏ ਲੜਕੀ ਕੋ ਮੌਕਾ ਦੀਆ ਔਰ ਮੈਂ ਇਹ ਦੁਆ ਕਰੂੰਗਾ ਕਿ ਉਨਕੀ ਜੋ ਸਾਰੀ ਕੰਡੀਸ਼ਨ ਹੈ ਉਸਮੇ ਖਰਾਬ ਨਾ। ਕਿਤਨੀ ਏਜ ਹੈ ਆਪਕੀ? 28। ਕਿਆ ਪਲੈਨਿੰਗ ਹੈ ਵਾਰਡ ਕੇ ਬਾਰੇ ਮੇਂ? ਦੇਖਿਏ ਯਾਰ ਮੈਂ ਡੀ ਯੂ ਕਾ ਛਾਤਰ ਹੂੰ, ਮੈਂ ਲਾਅ ਕਰੀਅਰ ਦਿੱਲੀ ਯੂਨੀਵਰਸਿਟੀ ਸੇ, ਵਹਾਂ ਪੇ ਮੈਂ ਐਨ ਐਸ ਯੂ ਮੇਂ ਬਹੁਤ ਐਕਟਿਵ ਥਾ। ਅਬ ਜੋ ਜਿਤਨਾ ਮੁਝਸੇ ਹੋ ਸਕਿਆ ਜੋ ਵੀ ਯੂਥ ਹੈ ਸਭ ਕੋ ਸਾਥ ਜੋੜ ਕੇ ਸਾਰੇ ਅੱਛੇ ਕਾਮ ਕਰਨੇ ਹੈ ਸਭ ਕੇ, ਮੈਂ ਸਾਰੇ ਕਾਮ ਕਰਾਊਂਗਾ ਸਾਥ ਮੇਂ, ਜੋ ਮੈਂ ਲਾਅ ਵੀ ਕਰੀ ਹੈ ਉਸਕਾ ਪੂਰਾ ਯੂਜ਼ ਕਰੂੰਗਾ ਮੈਂ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹੂੰ ਆਪਣੇ ਐਮ ਐਲ ਏ ਸ਼੍ਰੀ ਪਰਮਿੰਦਰ ਸਿੰਘ ਪਿੰਕੀ ਜੀ ਕਾ ਜਿਨ੍ਹਾਂ ਨੇ ਮੈਨੂੰ ਯਕੀਨ ਦਿਖਾਇਆ, ਮੌਕਾ ਦਿਆ ਔਰ ਮੈਂ ਅਬ ਉਨਕੇ ਲੀਏ ਜਿਤਨਾ ਮੁਝਸੇ ਹੋ ਜਿਤਨਾ ਹੋਗਾ ਉਸਸੇ ਬੜ ਕੇ ਉਨਕਾ ਸਾਥ ਦੇਂਗੇ ਔਰ ਉਹਨੇ ਦੁਬਾਰਾ ਅਗਲੇ ਸਾਲ ਚੁਣਾਵਾਂ ਮੇਂ ਉਹਨੇ ਜ਼ਿਆਦਾ ਵੋਟ ਜਿਤਾਏਂਗੇ। ਥੈਂਕ ਯੂ ਸਰ। ਕਿਹੜੀ ਪਾਰਟੀ ਵੱਲੋਂ ਖੜੇ ਸੀ? ਕਾਂਗਰਸ ਪਾਰਟੀ ਓਕੇ ਤੁਸੀਂ ਹੁਣ ਆਪਣਾ ਅਗਲੀ ਕੀ ਪਲੈਨਿੰਗ ਕਰਦੇ ਹੋ? ਕਿਹੜੀ ਪਾਰਟੀ ਵੱਲੋਂ ਖੜੇ ਸੀ? ਕਾਂਗਰਸ ਪਾਰਟੀ ਓਕੇ ਤੁਸੀਂ ਹੁਣ ਆਪਣਾ ਅਗਲੀ ਕੀ ਪਲੈਨਿੰਗ ਕਰਦੇ ਹੋ? ਕਿਹੜੀ ਪਾਰਟੀ ਵੱਲੋਂ ਖੜੇ ਸੀ? ਕਾਂਗਰਸ ਪਾ
ममता राणी 21 नंबर वार्ड चो 835 वोटा ते जीते हैं। नेता जी का बहुत बहुत धन्यवाद कि इस लाइक सानू समझिया, तो सारे वार्ड का शुक्रिया, सारे मतलब जिन्होंने वोट पाई है और शुक्रिया कि इस काबल सानू समझिया तो सानू जेतू करार कराया। वार्ड से की अगली प्लानिंग है? वार्ड के अगली प्लानिंग है कि साफ सफाई, वाटर सप्लाई, सीवरेज से किसी कोई कमी पेशी या कोई ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।